ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੇ ਬਾਰੇ। ਨੇਹਾ ਕੱਕੜ ਅਤੇ ਰੋਹਨਪ੍ਰੀਤ ਦੋਨਾਂ ਨੂੰ ਲੈ ਕੇ ਹੀ ਕਾਫੀ ਜ਼ਿਆਦਾ ਚਰਚਾ ਛਿੜੀ ਹੋਈ ਹੈ ਅਤੇ ਕਾਫੀ ਜ਼ਿਆਦਾ ਅਫਵਾਹਾਂ ਉਡਾਈਆਂ ਜਾ ਰਹੀਆਂ ਸਨ ਕਿ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੀ ਬਹੁਤ ਜਲਦੀ ਮੈਰਿਜ ਹੋਣ ਵਾਲੀ ਹੈ। ਇਸ ਨੂੰ ਅਫਵਾਹਾਂ ਸੀ ਇਸ ਲਈ ਕਹਿ ਰਹੇ ਹਾਂ ਕਿਉਂਕਿ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੋਨਾਂ ਨੂੰ ਲੈ ਕੇ ਹੀ ਸੋਸ਼ਲ ਮੀਡੀਆ ਤੇ ਇਹ ਖਬਰ ਉੱਡ ਰਹੀ ਸੀ ਕਿ ਇਹ ਇੱਕ ਸਿਰਫ ਅਫਵਾਹ ਹੈ ਅਤੇ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੋਨੋਂ ਜਣੇ ਹੀ ਆਪਣੇ ਨਵੇਂ ਗੀਤ ਦੀ ਪ੍ਰਮੋਸ਼ਨ ਕਰਨ ਦੇ ਲਈ ਇਹ ਇੱਕ ਪਬਲਿਕ ਸਟੰਟ ਖੇਡ ਰਹੇ ਨੇ। ਪਰ ਹੁਣ ਤੁਹਾਨੂੰ ਦੱਸ ਦਈਏ ਕਿ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੋਨਾਂ ਨੇ ਹੀ ਆਪਣੇ ਰਿਸ਼ਤੇ ਦੇ ਉੱਤੇ ਮੋਹਰ ਲਗਾ ਦਿੱਤੀ ਹੈ। ਜੀ ਹਾਂ, ਕਿ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੋਨਾਂ ਜਣਿਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਉਂਦੀ ਜਾ ਰਹੀ ਹੈ ਤੇ ਤੁਹਾਨੂੰ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਇਹ ਵੀਡੀਓ ਖੁਦ ਨੇਹਾ ਕੱਕੜ ਅਤੇ ਰੋਹਨਪ੍ਰੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪੋਸਟ ਕੀਤੀ ਹੈ ਅਤੇ ਇਹ ਵੀਡੀਓ ਹੈ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੀ ਰੋਕਾ ਸੈਰੇਮਨੀ ਦੀ। ਜੀ ਹਾਂ, ਆਓ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਵੀਡੀਓ। ਸਿਰਫ ਇੰਨਾ ਹੀ ਨਹੀਂ, ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਕਾਫੀ ਜ਼ਿਆਦਾ ਗਾਇਕ ਰੋਹਨਪ੍ਰੀਤ ਦੀ ਡੀਜੇ ਪਾਰਟੀ ਦੇ ਉੱਤੇ ਪਹੁੰਚੇ ਅਤੇ ਕਾਫੀ ਜ਼ਿਆਦਾ ਉੱਥੇ ਇੰਜੋਏ ਕੀਤਾ ਅਤੇ ਇਹਨਾਂ ਗਾਇਕਾਂ ਦੇ ਵਿੱਚੋਂ ਇੱਕ ਨਾਮ ਹੈ ਜੀ ਬਾਣੀ ਸੰਧੂ ਦਾ। ਬਾਣੀ ਸੰਧੂ ਨੇ ਵੀ ਰੋਹਨਪ੍ਰੀਤ ਦੀ ਡੀਜੇ ਪਾਰਟੀ ਦੀਆਂ ਕਾਫੀ ਜ਼ਿਆਦਾ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਸ਼ੇਅਰ ਕੀਤੀਆਂ ਅਤੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਇਹ ਅਫਵਾਹ ਨਹੀਂ, ਇਹ ਸੱਚਾਈ ਹੈ। ਲਵ ਦੇਅਰ ਵਰਕ, ਲਵ ਦੇਅਰ ਵਰਕ। ਮੈਂ ਹੁਣੇ ਹੀ ਇਹਨਾਂ ਦਾ ਕੰਮ ਸਟਾਰਟ ਕੀਤਾ, ਬਟ ਮੈਨੂੰ ਪਰਸਨਲੀ ਯੂ ਨੋ ਮੇਰੇ ਵਨ ਆਫ ਮਾਈ ਫੇਵਰਿਟ ਬਣ ਚੁੱਕੇ ਆ। Thank you. Thank you. ਜੀ ਹਾਂ, ਇਸ ਵੀਡੀਓ ਤੋਂ ਬਾਅਦ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਇਹ ਸਿਰਫ ਅਫਵਾਹ ਨਹੀਂ, ਇਹ ਹੈ ਸੱਚਾਈ। ਯਾਨੀ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੀ ਵਾਕਈ ਹੀ ਮੈਰਿਜ ਹੋਣ ਵਾਲੀ ਹੈ ਤੇ ਬਾਕੀ ਦੋਨਾਂ ਦੀ ਜੋੜੀ ਨੂੰ ਲੈ ਕੇ ਤੁਸੀਂ ਆਪਣੇ ਕੀ ਕਮੈਂਟਸ ਦੇਣਾ ਚਾਹੁੰਦੇ ਹੋ? ਦੋਨਾਂ ਦੀ ਜੋੜੀ ਤੁਹਾਨੂੰ ਕਿੰਨੀ ਕੁ ਪਸੰਦ ਹੈ? ਆਪਣੇ ਵੱਲੋਂ ਇਸ ਜੋੜੀ ਦੇ ਲਈ ਆਪਣੇ ਕਮੈਂਟਸ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਤੇ ਬਾਲੀਵੁੱਡ ਅਤੇ ਪਾਲੀਵੁੱਡ ਦੇ ਡੇਲੀ ਦੇ ਅਪਡੇਟਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ।